ਟਿਵਾਣਾ ਰੇਡੀ ਦੇ ਸਤਿਕਾਰਯ ਸਰੋਤਿਓ, ਪਰਸੋਂ ਪੰਜਾਬ ਸਰਕਾਰ ਦੀ ਤਰਫੋਂ ਇੱਕ ਤਜਵੀਜ਼ ਆਈ ਹੈ ਕਿ ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਖੁਦ ਮੁਖਤਿਆਰ ਬਣਾ ਦੇਣਾ, ਆਟੋਨਮਸ ਬਣਾ ਦੇਣਾ। ਇਸ ਫੈਸਲੇ ਦਾ ਆਪੋਜੀਸ਼ਨ ਵਿਰੋਧ ਕਰ ਰਹੀ ਹੈ। ਇਸ ਫੈਸਲੇ ਦੇ ਮੁਤਲਕ ਪ੍ਰੋਫੈਸਰ ਰਣਜੀਤ ਸਿੰਘ ਧਨੋਆ ਹੋਰਾਂ ਨੇ ਆਪਣੇ ਵਿਚਾਰ ਲਿਖੇ ਨੇ। ਲਿਖਦੇ ਆ ਕਿ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੇ ਹਾਲ ਹੀ ਦੇ ਵਿੱਚ ਪੰਜਾਬ ਦੇ 8 ਵੱਡੇ ਸਰਕਾਰੀ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਉਣ ਦਾ ਫੈਸਲਾ ਲਗਭਗ ਕਰ ਹੀ ਲਿਆ, ਅਤੇ ਇਸ ਦੌਰਾਨ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਇਹ ਪਾਸ ਹੋ ਵੀ ਸਕਦਾ। ਖੁਦ ਮੁਖਤਿਆਰ ਬਣ ਰਹੇ ਇਹਨਾਂ ਕਾਲਜਾਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਕੇ ਲੋੜੀਂਦਾ ਪਰਫੋਰਮਾ ਭਰਨੋਂ ਵੀ ਕਹਿ ਦਿੱਤਾ ਗਿਆ। ਕਿਸੇ ਵਿੱਦਿਅਕ ਅਦਾਰੇ ਨੂੰ ਖੁਦ ਮੁਖਤਿਆਰ ਹੋ ਜਾਣ ਤੋਂ ਭਾਵ ਹੈ ਕਿ ਉਸ ਦੇ ਵਿੱਚ ਪੜ੍ਹਾਏ ਜਾਣ ਵਾਲੇ ਕੋਰਸਾਂ ਦੇ ਸਿਲੇਬਸ ਤੋਂ ਲੈ ਕੇ ਉਸ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ, ਉਹਨਾਂ ਦੇ ਰਿਜ਼ਲਟ ਤਿਆਰ ਕਰਨ ਅਤੇ ਆਪਣੇ ਨਾਂ ਹੇਠ ਡਿਗਰੀ ਪ੍ਰਦਾਨ ਕਰਨ, ਅਤੇ ਕਿਹੜੇ ਕੋਰਸ ਲਈ ਕਿੰਨੀ ਫੀਸ ਲਈ ਜਾਣੀ ਹੈ ਅਤੇ ਕਦੋਂ ਇਮਤਿਹਾਨ ਲਏ ਜਾਣੇ ਨੇ, ਇਹ ਸਾਰਾ ਫੈਸਲਾ ਉਸ ਕਾਲਜ ਨੇ ਖੁਦ ਕਰਨਾ ਹੁੰਦਾ। ਯਾਨੀ ਉਸ 'ਤੇ ਯੂਨੀਵਰਸਿਟੀ ਦੇ ਸ਼ਡਿਊਲ ਦਾ ਕੋਈ ਦਬਦਬਾ ਨਹੀਂ ਰਹਿੰਦਾ। ਅਜਿਹਾ ਕਰਦੇ ਵਕਤ ਉਸਨੂੰ ਕਿਸੇ ਯੂਨੀਵਰਸਿਟੀ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੁੰਦੀ, ਅਤੇ ਉਹ ਸਰਟੀਫਿਕੇਟ 'ਤੇ ਵੀ ਆਪਣਾ ਹੀ ਕਾਲਜ ਦਾ ਨਾਂ ਲਿਖਦਾ, ਯੂਨੀਵਰਸਿਟੀ ਦਾ ਨਹੀਂ ਲਿਖਦਾ। ਪੰਜਾਬ ਦੇ ਜਨਤਕ ਖੇਤਰ ਦੇ ਵਿੱਚ ਜਿਹੜੇ 8 ਵੱਡੇ ਕਾਲਜਾਂ ਨੂੰ ਖੁਦ ਮੁਖਤਿਆਰੀ ਦੇਣ ਦੀ ਗੱਲ ਚੱਲੀ ਹੈ, ਉਹਨਾਂ ਦੇ ਵਿੱਚ ਲੁਧਿਆਣਾ ਅਤੇ ਪਟਿਆਲਾ ਦੇ 2-2 ਸਰਕਾਰੀ ਕਾਲਜ ਨੇ, ਲੜਕੇ ਅਤੇ ਲੜਕੀਆਂ ਦੇ, ਅੰਮ੍ਰਿਤਸਰ, ਹੁਸ਼ਿਆਰਪੁਰ, ਮਲੇਰਕੋਟਲਾ ਅਤੇ ਮੋਹਾਲੀ ਦਾ 1-1 ਕਾਲਜ ਹੈ। ਟੋਟਲ ਇਹ 8 ਕਾਲਜ ਨੇ। ਇਸ ਫੈਸਲੇ ਦੇ ਨਾਲ ਉਚੇਰੀ ਸਿੱਖਿਆ ਦੇ ਖੇਤਰ ਦੇ ਵਿੱਚ ਕਿਹੋ ਜਿਹੇ ਹਾਲਾਤ ਉਪਜਣਗੇ, ਇਸ ਸੰਬੰਧੀ ਇਹ ਵਿਚਾਰ ਪ੍ਰੋਫੈਸਰ ਰਣਜੀਤ ਸਿੰਘ ਧਨੋਆ ਨੇ ਲਿਖੇ ਨੇ ਕਿ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਸੈਲਫ ਫਾਈਨਾਂਸ ਪ੍ਰਬੰਧ ਅਧੀਨ ਚੱਲ ਰਹੇ ਨੇ ਕਿ ਭਾਈ ਤੁਸੀਂ ਆਪਣੇ ਖਰਚਿਆਂ ਦੇ ਵਾਸਤੇ ਆਪਣਾ ਕੰਮ ਆਪ ਚਲਾਓ, ਆਪਣੀਆਂ ਫੀਸਾਂ ਆਪ ਇਕੱਠੀਆਂ ਕਰੋ, ਸਰਕਾਰ ਤੋਂ ਆਸ ਨਾ ਰੱਖੋ। ਇਸ ਪ੍ਰਬੰਧ ਅਧੀਨ ਕੰਮ ਕਰਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਦੀ ਤਨਖਾਹ ਦਾ ਕੁੱਲ ਦਾਰੋਮਦਾਰ ਵਿਦਿਆਰਥੀਆਂ ਤੋਂ ਲਏ ਜਾਣ ਵਾਲੀ ਫੀਸ 'ਤੇ ਨਿਰਭਰ ਕਰਦਾ। ਇੰਨਾ ਹੀ ਨਹੀਂ, ਸੈਲਫ ਫਾਈਨਾਂਸ ਦੇ ਪ੍ਰਬੰਧ ਅਧੀਨ ਇਕੱਠੀ ਹੋਣ ਵਾਲੀ ਮਾਇਆ ਰਾਸ਼ੀ ਨੂੰ ਸਰਕਾਰ ਜਾਂ ਵਿਭਾਗ ਕਾਲਜ ਦੇ ਸੰਸਥਾਗਤ ਢਾਂਚੇ ਦੇ ਵਿਕਾਸ ਲਈ ਵਰਤ ਲੈਂਦਾ। ਸੋ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਇਹ ਸੈਲਫ ਫਾਈਨਾਂਸ ਪ੍ਰਬੰਧ ਅਧੀਨ ਕੋਰਸ ਚੱਲ ਰਹੇ ਨੇ, ਕੁਛ ਕਿ ਤੁਸੀਂ ਇਹ ਕੋਰਸ ਸ਼ੁਰੂ ਕਰੋ, ਉਹਦੀ ਕਮਾਈ ਨਾਲ ਆਪਣੇ ਖਰਚੇ, ਆਪਣੀਆਂ ਤਨਖਾਹਾਂ ਕੱਢੋ, ਸਾਡੇ ਤੋਂ ਆਸ ਨਾ ਰੱਖੋ। ਇਸ ਦੌਰਾਨ ਕਿਉਂਕਿ ਠੱਪਾ ਸਰਕਾਰ ਦੇ ਨਾਂ 'ਤੇ ਲੱਗਿਆ ਹੋਇਆ, ਅਤੇ ਇਸ ਲਈ ਪ੍ਰਾਈਵੇਟ ਕਾਲਜਾਂ ਨਾਲੋਂ ਸਰਕਾਰੀ ਕਾਲਜਾਂ ਦੇ ਵਿੱਚ ਚੱਲ ਰਿਹਾ ਇਹ ਪ੍ਰਬੰਧ ਵਧੇਰੇ ਮਕਬੂਲ ਹੋਇਆ। ਸੈਲਫ ਫਾਈਨਾਂਸ ਯੋਜਨਾ ਅਧੀਨ ਚੱਲਦੇ ਪ੍ਰਬੰਧ ਇੱਕ ਤਰ੍ਹਾਂ ਨਾਲ ਸਰਕਾਰੀ ਕਾਲਜ ਦੇ ਹਾਤੇ ਦੇ ਵਿੱਚ ਸਰਕਾਰ ਵੱਲੋਂ ਪ੍ਰਾਈਵੇਟ ਕਾਲਜ ਚਲਾਉਣ ਵਾਲਾ ਹੀ ਹੈ। 8 ਵੱਡੇ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਉਣ ਦਾ ਫੈਸਲਾ ਵੀ ਸੈਲਫ ਫਾਈਨਾਂਸ ਪ੍ਰਬੰਧਾਂ ਨੂੰ ਮਿਲੀ ਸਫਲਤਾ ਤੋਂ ਹੀ ਪ੍ਰੇਰਿਤ ਜਾਪਦਾ ਹੈ। ਲੋਕਾਂ ਨੂੰ ਇਹ ਸ਼ੰਕਾ ਹੈ ਕਿ ਜੇਕਰ ਫੀਸਾਂ ਕਾਲਜਾਂ ਨੇ ਤੈਅ ਕਰਨੀਆਂ ਨੇ ਤਾਂ ਕੱਲ੍ਹ ਨੂੰ ਉਚੇਰੀ ਸਿੱਖਿਆ ਦੇ ਵਿੱਤੀ ਪ੍ਰਬੰਧਾਂ 'ਚੋਂ ਸਰਕਾਰ ਹੱਥ ਹੋਰ ਪਛਾਂ ਖਿੱਚ ਸਕਦੀ ਹੈ। ਲੁਕਵੇਂ ਰੂਪ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਇਹ ਕਿਹਾ ਜਾ ਰਿਹਾ ਹੋਵੇਗਾ ਕਿ ਆਪਣੇ ਖਰਚੇ 'ਤੇ ਹੁਣ ਤੁਸੀਂ ਆਪ ਜ਼ਿੰਮੇਵਾਰ ਹੋ। ਅਜਿਹੇ ਹਾਲਾਤ ਵਿੱਚ ਫੀਸਾਂ ਅਤੇ ਫੰਡਾਂ ਦੇ ਵਿੱਚ ਵੱਡਾ ਇਜ਼ਾਫਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਹੁਣ ਕਾਲਜਾਂ ਦੀ ਜ਼ਿੰਮੇਵਾਰੀ ਨਹੀਂ ਹੈ ਲੋਕਾਂ ਨੂੰ ਪੜ੍ਹਾਉਣਾ, ਕਿਉਂਕਿ ਲੋਕਾਂ ਨੂੰ ਪੜ੍ਹਾਉਣਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਐਜੂਕੇਸ਼ਨ ਪਾਲਿਸੀ ਜਾਂ ਕੋਈ ਵੀ ਸਰਕਾਰ ਆਪਣੀ ਪਿੱਠ ਥਾਪਤ ਪਾਉਂਦੀ ਹੈ ਕਿ ਅਸੀਂ ਐਜੂਕੇਸ਼ਨ ਪਾਲਿਸੀ ਲਿਆ ਕੇ ਆਹ ਕਰ ਦਿੱਤਾ, ਉਹਦੇ 'ਚ ਫਾਇਦਾ ਭਗਵੰਤ ਮਾਨ ਨੂੰ ਹੋਣਾ, ਬਾਦਲਾਂ ਨੂੰ ਹੋਣਾ, ਜਾਂ ਕੈਪਟਨਾਂ ਨੂੰ ਹੋਣਾ, ਜਾਂ ਭਾਜਪਾਈਆਂ ਨੂੰ ਹੋਣਾ।
ਕਾਲਜ ਨੂੰ ਕੀ ਮਿਲਣਾ? ਕੁਛ ਵੀ ਨਹੀਂ। ਕਾਲਜ ਦੇ ਪ੍ਰਿੰਸੀਪਲ ਨੇ ਜਾਂ ਕਾਲਜ ਨੇ ਕਿਹੜਾ ਇਲੈਕਸ਼ਨ ਲੜਦੀਆਂ? ਉਹਨਾਂ ਨੇ ਆਪਣਾ ਕਾਲਜ ਸੰਭਾਲਣਾ। ਉਹਨਾਂ ਨੂੰ ਸਰਕਾਰਾਂ ਜਾਂ ਪੋਲੀਟੀਕਲ ਪਾਰਟੀਆਂ ਦੀਆਂ ਨੀਤੀਆਂ ਨਾਲ ਕੋਈ ਵਾਸਤਾ ਨਹੀਂ। ਉਹਨਾਂ ਨੇ ਆਪਣੇ ਕਾਲਜ ਨੂੰ ਬਿਹਤਰ ਬਣਾਉਣਾ ਕਿ ਸਾਡੇ ਵਿਦਿਆਰਥੀ ਵੱਧ ਹੋਣ, ਸਾਡੇ ਸਟਾਫ ਨੂੰ ਵਧੀਆ ਤਨਖਾਹ ਮਿਲੇ ਅਤੇ ਸਮੇਂ ਸਿਰ ਤਨਖਾਹ ਮਿਲੇ। ਉਹਨਾਂ ਦਾ ਇੰਟਰਸਟ ਇਹ ਹੋਏਗਾ। ਇੱਥੇ ਕਲੈਸ਼ ਹੁੰਦਾ। ਇਸ ਸਿਲਸਿਲੇ ਵਿੱਚ ਜਾਣੀ ਕਿ ਜਿਹੜੀ ਲੋਕਾਂ ਨੂੰ ਐਜੂਕੇਟ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਉੱਥੇ ਸਵਾਲ ਖੜ੍ਹੇ ਹੋਣਗੇ, ਕਿਉਂਕਿ ਕਾਲਜ ਫਿਰ ਆਪਣਾ ਇੰਟਰਸਟ ਵੇਖਣਗੇ। ਦੂਸਰਾ, ਵੱਡੀ ਧਿਰ ਹਿੱਸੇਦਾਰੀ ਦੀ ਹੈ। ਜਿਸ ਸਿਲਸਿਲੇ ਵਿੱਚ ਜੇ ਇਹ ਵਾਪਰਦਾ ਤਾਂ ਕੁਦਰਤੀ ਹੈ ਕਿ ਜਿਹੜੇ ਇਹ ਸਰਕਾਰੀ ਕਾਲਜ ਨੇ, ਜਿਹੜੇ ਆਟੋਨਮਸ ਬਣਾਉਣ ਜਾ ਰਹੀ ਹੈ ਸਰਕਾਰ, ਇਹਨਾਂ ਦੇ ਵਿੱਚ ਵੀ ਜਿਹੜੀ ਐਜੂਕੇਸ਼ਨ ਹੈ ਉਹ ਪ੍ਰਾਈਵੇਟ ਕਾਲਜਾਂ ਦੀ ਤਰ੍ਹਾਂ ਮਹਿੰਗੀ ਹੋ ਜਾਵੇਗੀ, ਗਰੀਬ ਅਤੇ ਮੱਧ ਵਰਤੀ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਦੂਸਰੀ ਵੱਡੀ ਹਿੱਸੇਦਾਰ ਧਿਰ ਹੈ ਸਰਕਾਰੀ ਕਾਲਜਾਂ ਦੇ ਅਧਿਆਪਨ ਅਮਲੇ ਦੀ। ਲਗਭਗ ਪਿਛਲੇ 20-25 ਵਰ੍ਹਿਆਂ ਤੋਂ ਕਾਲਜ ਅਧਿਆਪਕਾਂ ਦੀ ਕੋਈ ਭਰਤੀ ਸਿਰੇ ਨਹੀਂ ਲੱਗੀ। 1998-99 ਦੇ ਵਿੱਚ ਭਰਤੀ ਪ੍ਰਕਿਰਿਆ ਦੇ ਦੌਰਾਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਕਤ ਦੇ ਚੇਅਰਮੈਨ ਰਵੀ ਸਿੱਧੂ ਵੇਲੇ ਜੋ ਕੁਛ ਹੋਇਆ ਸੀ, ਉਸ ਦਾ ਸੇਕ ਅਜੇ ਵੀ ਪੰਜਾਬ ਦੇ ਕਾਲਜਾਂ ਦੇ ਵਿੱਚ ਕੰਮ ਕਰਦੇ ਅਧਿਆਪਕ ਝੱਲ ਰਹੇ ਨੇ। ਇੰਨਾ ਹੀ ਨਹੀਂ, ਉਸ ਵਕਤ ਤੋਂ ਲੈ ਕੇ ਅੱਜ ਤੱਕ ਉਸ ਘਟਨਾ ਦਾ ਪਰਛਾਵਾਂ ਕਾਲਜਾਂ ਅਧਿਆਪਕਾਂ ਲਈ ਹੋਣ ਵਾਲੀ ਹਰੇਕ ਭਰਤੀ ਪ੍ਰਕਿਰਿਆ 'ਤੇ ਪਿਆ। ਉਚੇਰੀ ਸਿੱਖਿਆ ਵਿਵਸਥਾ ਦਾ ਪਹੀਏ ਦੇ ਵਿਚਾਰੇ ਪਾਰਟ ਟਾਈਮ ਅਤੇ ਗੈਸਟ ਟੀਚਰ ਕਿਵੇਂ ਰੋੜੀ ਜਾ ਰਹੇ ਨੇ। ਪਿਛਲੀ ਕਾਂਗਰਸ ਸਰਕਾਰ ਨੇ 1158 ਸਹਾਇਕ ਪ੍ਰੋਫੈਸਰ ਭਰਤੀ ਕੀਤੇ ਸੀ ਅਤੇ ਕੁਛ ਲਾਇਬ੍ਰੇਰੀਅਨ ਭਰਤੀ ਕੀਤੇ ਸੀ। ਉਹਨਾਂ 1158 ਦੇ ਵਿੱਚੋਂ 125 ਦੇ ਕਰੀਬ ਡਿਊਟੀ 'ਤੇ ਪਹੁੰਚ ਸਕੇ ਸਨ, ਪਰ ਇਸੇ ਦੌਰਾਨ ਪੰਜਾਬ ਹਾਈਕੋਰਟ ਵੱਲੋਂ ਸਮੁੱਚੀ 1158 ਪ੍ਰੋਫੈਸਰਾਂ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ। ਦੂਸਰੇ ਪਾਸੇ ਪਾਰਟ ਟਾਈਮ ਅਧਿਆਪਕਾਂ ਦੇ ਵਿੱਚੋਂ ਬਹੁਗਿਣਤੀ ਅਧਿਆਪਕ, ਕਿਉਂਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ UGC ਵੱਲੋਂ ਨਿਰਧਾਰਿਤ ਸ਼ਰਤਾਂ ਦੀ ਪੂਰਤੀ ਨਹੀਂ ਸੀ ਕਰਦੇ, ਲਿਹਾਜ਼ਾ ਵੱਖ ਵੱਖ ਸਮੇਂ ਸਰਕਾਰਾਂ ਵੱਲੋਂ ਉਹਨਾਂ ਨੂੰ ਨਿਯਮਤ ਕੀਤੇ ਜਾਣ ਦੀ ਹਰੇਕ ਕੋਸ਼ਿਸ਼ ਧਰੀ ਧਰਾਈ ਰਹਿ ਗਈ। ਨਤੀਜਾ ਢੱਕਦੇ ਉਹੀ ਤਿੰਨ ਪੱਤ ਵਾਲੀ ਗੱਲ ਹੋਈ। 20-25 ਸਾਲ ਤੋਂ ਇਹ ਸਥਾਈ ਅਧਿਆਪਕ ਅਣਮੰਨੇ ਜਿਹੇ ਮਨ ਨਾਲ ਨੌਕਰੀ ਕਰ ਰਹੇ ਨੇ ਜਾਂ ਸੇਵਾ ਕਰਦਿਆਂ ਇਹਨਾਂ ਵਿਦਿਆਰਥੀਆਂ ਨੂੰ ਇੱਕ ਤੋਂ ਦੂਜੀ ਸ਼੍ਰੇਣੀ ਦੇ ਵਿੱਚ ਧੱਕਦੇ ਆ ਰਹੇ ਨੇ। ਅਤੇ ਲੋੜੀਂਦੀ ਅਧਿਆਪਨ ਅਮਲੇ ਦੀ ਘਾਟ ਦੇ ਬਾਵਜੂਦ ਸਿੱਖਿਆ ਵਿਭਾਗ ਨੇ ਪੰਜਾਬ ਦੇ 8 ਵੱਡੇ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਉਣ ਦੀ ਠਾਣ ਹੀ ਲਈ ਹੈ, ਤਾਂ ਇਹ ਅਮਲ ਕਿਵੇਂ ਅਤੇ ਕਿੰਨੀ ਦੇਰ ਚੱਲੇਗਾ ਇਸ ਬਾਰੇ ਕਿਸੇ ਨੂੰ ਕੋਈ ਬਹੁਤਾ ਲੋਕਲਕਾਰ ਨਹੀਂ ਹੈ। ਖੁਦ ਮੁਖਤਿਆਰ ਸੰਸਥਾਵਾਂ ਹੱਥੋਂ ਸੂਬੇ ਵਿੱਚ ਜੋ ਹਾਲ ਤਕਨੀਕੀ ਸਿੱਖਿਆ ਦਾ ਹੋਇਆ ਉਹ ਕਿਸੇ ਤੋਂ ਗੁੱਝਾ ਨਹੀਂ ਹੈ। ਬੇਸ਼ੱਕ ਸਰਕਾਰ ਜਲਦੀ ਹੀ 648 ਨਵੀਆਂ ਅਸਾਮੀਆਂ ਭਰਨ ਦੀ ਗੱਲ ਕਹਿ ਰਹੀ ਹੈ, ਪਰੰਤੂ ਆਉਣ ਵਾਲੇ ਘੱਟੋ ਘੱਟ 1.5 ਦਹਾਕੇ ਤੱਕ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਨਵੀਂ ਨਿਯੁਕਤੀ ਹੋਣੀ ਸੰਭਵ ਨਹੀਂ ਹੈ। ਅਤੇ ਇਹ ਸਵਾਲ ਸਾਡੇ ਮਨਾਂ 'ਚ ਉੱਠਦਾ ਕਿ ਅਜਿਹੀ ਭਵਿੱਖਬਾਣੀ ਟਾਈਪ ਗੱਲ ਅਸੀਂ ਕਿਸ ਆਧਾਰ 'ਤੇ ਕਰ ਸਕਦੇ ਹਾਂ? ਪਰ ਉਚੇਰੀ ਸਿੱਖਿਆ ਜਗਤ ਨਾਲ ਥੋੜ੍ਹਾ ਜਿਹਾ ਵੀ ਵਾਹ ਵਾਸਤਾ ਰੱਖਣ ਵਾਲਾ ਹਰੇਕ ਬੰਦਾ ਜਾਣਦਾ ਹੈ ਕਿ ਨਵੀਂ ਭਰਤੀ ਦਾ ਹਰੇਕ ਅਮਲ ਮਹਿਜ ਇਸੇ ਇੱਕ ਕਾਨੂੰਨੀ ਦਾਅਵੇਜ਼ ਕਾਰਨ ਉਲਝ ਕੇ ਰਹਿ ਜਾਂਦਾ ਹੈ, ਕਿਉਂਕਿ ਭਰਤੀ ਦੇ ਬਹੁਤ ਸਾਰੇ ਅਮਲ ਸੁਣਵਾਈ ਅਧੀਨ ਹੋਣ ਕਰਕੇ ਕੁੱਲ ਅਸਾਮੀਆਂ ਦੀ ਗਿਣਤੀ, ਸਥਾਈ ਕੰਮ ਕਰਦੇ ਅਧਿਆਪਕਾਂ ਦੀ ਗਿਣਤੀ ਅਤੇ ਭਰਤੀ ਲਈ ਵੱਖ ਵੱਖ ਸਮੇਂ ਕੱਢੇ ਗਏ ਇਸ਼ਤਿਹਾਰਾਂ ਦੇ ਵਿੱਚ ਦੱਸੀਆਂ ਅਸਾਮੀਆਂ ਦੀ ਗਿਣਤੀ ਆਪਸ 'ਚ ਮੇਲ ਨਹੀਂ ਖਾਂਦੀ। ਪਿਛਲੇ 15 ਸਾਲਾਂ ਤੋਂ 1.5 ਦਹਾਕੇ ਤੋਂ ਤਾਂ ਕਿਹਾ ਜਾ ਰਿਹਾ ਕਿ ਉਦੋਂ ਤੱਕ ਕੱਚੇ ਅਧਿਆਪਕਾਂ ਦੀ ਵੱਡੀ ਗਿਣਤੀ ਨੌਕਰੀ ਤੋਂ ਬਾਹਰ ਜਾਣੀ ਕਿ ਰਿਟਾਇਰ ਸ਼ਬਦ ਢੁਕਵਾਂ ਨਹੀਂ ਹੋ ਜਾਵੇਗੀ।
ਖੁਦ ਮੁਖਤਾਰ ਬਣਨ ਜਾ ਰਹੇ ਇਹਨਾਂ ਪੰਜਾਬ ਦੇ 8 ਕਾਲਜਾਂ ਦੇ ਨਾਲ ਹਰੇਕ ਕਾਲਜ ਦੇ 15-20 ਕਿਲੋਮੀਟਰ ਦਾਇਰੇ ਦੇ ਵਿੱਚ ਪੈਂਦੇ ਸਰਕਾਰੀ, ਪ੍ਰਾਈਵੇਟ ਅਤੇ ਯੂਨੀਵਰਸਿਟੀ ਕਾਲਜ ਦੀ ਸਥਾਪਨਾ ਕਾਲਜਾਂ ਦੀ ਦਾਖਲਾ ਗਿਣਤੀ 'ਤੇ ਨਾ ਪੱਖੀ ਪ੍ਰਭਾਵ ਪੈਣ ਦੇ ਪੂਰੇ ਆਸਾਰ ਨੇ। ਜੇ ਅਗਲੇ 2-4 ਸਾਲਾਂ ਅੰਦਰ ਹੀ ਹੋਣ ਦਾ ਸੰਘਰਸ਼ ਲੜਦੇ ਨਜ਼ਰ ਆਉਣਗੇ, ਫਿਰ ਇੱਕ ਦਿਨ ਜਿੱਧਰ ਗਿਆ ਬਾਣੀਆਂ ਅਤੇ ਉੱਧਰ ਗਿਆ ਬਾਜ਼ਾਰ ਵਾਂਗੂ ਇਹਨਾਂ ਕਾਲਜਾਂ ਦੇ ਦਾਇਰੇ 'ਚ ਆਉਂਦੇ ਸਰਕਾਰੀ, ਪ੍ਰਾਈਵੇਟ ਜਾਂ ਯੂਨੀਵਰਸਿਟੀ ਕਾਲਜ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਖੁਦਮੁਖਤਾਰੀ ਦਾ ਫੈਸਲਾ ਪੜ੍ਹਾਈ ਦੇ ਮਿਆਰ ਨੂੰ ਵੱਡੀ ਸੱਟ ਮਾਰਨ ਵਾਲਾ ਸਾਬਤ ਹੋ ਸਕਦਾ। ਪਹਿਲਾਂ ਹੀ ਅੱਧ ਤੋਂ ਵੱਧ ਸਰਗਰਮੀਆਂ ਕਾਲਜਾਂ ਦੇ ਵਿੱਚ ਪੂਰੀਆਂ ਨਹੀਂ ਹੁੰਦੀਆਂ। ਵਿਦਿਆਰਥੀਆਂ ਦੀ ਆਂਤਰਿਕ ਮੁਲਾਂਕਣ ਪ੍ਰਣਾਲੀ ਤੋਂ ਲੈ ਕੇ ਪ੍ਰੀਖਿਆ ਵਿਵਸਥਾ ਦੇ ਵਿੱਚ ਅਤੇ ਉੱਤਰ ਕਾਪੀਆਂ ਦੇ ਮੁਲਾਂਕਣ ਤੱਕ, ਜਾਂ ਕਹਿ ਲਓ ਨਤੀਜਾ ਤਿਆਰ ਹੋਣ ਤੱਕ ਜਿੰਨੇ ਵੀ ਪੜਾਅ ਨੇ, ਬਸ ਇਉਂ ਸਮਝ ਲਓ ਕਿ ਹਰੇਕ ਛਮਾਹੀ ਦੁਹਰਾਈ ਜਾਣ ਵਾਲੀ ਪ੍ਰਤੀਕਿਰਿਆ ਤੋਂ ਵੱਧ ਹੋਰ ਕੁਝ ਨਹੀਂ ਹੈ। ਪੇਂਡੂ ਅਤੇ ਛੋਟੇ ਸ਼ਹਿਰਾਂ ਦੇ ਵਿੱਚ ਪੜ੍ਹਨ ਵਾਲੇ ਘੱਟ ਆਮਦਨੀ ਅਤੇ ਵੱਧ ਵਰਗੀ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀ ਜ਼ਿਆਦਾਤਰ ਮਾਮਲਿਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਛੋਟੇ ਮੋਟੇ ਕੰਮ ਧੰਦੇ ਜਾਂ ਦੁਕਾਨ ਵਰਕਸ਼ਾਪ 'ਤੇ ਨੌਕਰੀ ਕਰਕੇ ਆਪਣੇ ਪਰਿਵਾਰਾਂ ਦੀ ਗੁਜ਼ਰ ਬਸਰ ਦੇ ਵਿੱਚ ਮਦਦ ਕਰਨ ਨੂੰ ਤਰਜੀਹ ਦਿੰਦੇ ਨੇ। ਅਜਿਹੇ ਵਿਦਿਆਰਥੀ ਕਾਲਜ ਘੱਟ ਆਉਂਦੇ ਨੇ, ਪਰ ਉਹਨਾਂ ਦੀ ਪਰਿਵਾਰਕ ਮੁਫਲਸੀ ਦੇ ਮੱਦੇਨਜ਼ਰ ਕੋਈ ਵੀ ਅਧਿਆਪਕ ਉਹਨਾਂ ਨੂੰ ਰੋਜ਼ ਕਾਲਜ ਆਉਣ ਲਈ ਮਜਬੂਰ ਕਰਨ ਦੀ ਹਿਮਾਕਤ ਵੀ ਨਹੀਂ ਕਰਦਾ। ਇੱਕ ਤਰ੍ਹਾਂ ਨਾਲ ਉਹ ਨਾਨ ਅਟੈਂਡੈਂਟ ਹੀ ਹੁੰਦੇ ਨੇ, ਜਾਣੀ ਕਾਲਜ 'ਚੋਂ ਗੈਰ ਹਾਜ਼ਰੀ ਰਹਿੰਦੇ ਨੇ, ਉਹ ਸਿਰਫ ਪ੍ਰੀਖਿਆ ਦੇਣ ਆਉਂਦੇ ਨੇ। ਇਹ ਕਿਸੇ ਇੱਕ ਕਾਲਜ ਦੀ ਕਹਾਣੀ ਨਹੀਂ, 19-20 ਦੇ ਫਰਕ ਨਾਲ ਸਾਰੀ ਜਗ੍ਹਾ ਹੀ ਵਰਤਾਰਾ ਹੈ। ਹੁਣ ਜਦੋਂ ਸਭ ਤਰ੍ਹਾਂ ਦੇ ਇਖਤਿਆਰ ਕਾਲਜ ਕੋਲ ਆ ਜਾਣਗੇ ਤਾਂ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਕਿਉਂ ਹੋਵੇਗਾ? ਅਤੇ ਬਲਕਿ ਖੁਦ ਮੁਖਤਿਆਰ ਕਾਲਜ ਵਿੱਚ ਦਾਖਲਾ ਲੈ ਕੇ ਵਿਦਿਆਰਥੀ ਨਤੀਜੇ ਪੱਖੋਂ ਪਹਿਲਾਂ ਨਾਲੋਂ ਵੱਧ ਮਹਿਸੂਸ ਕਰੇਗਾ। ਇਸ ਤੋਂ ਇਲਾਵਾ ਕਾਲਜ ਅਧਿਆਪਕਾਂ ਦੀਆਂ ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਸਮੇਤ ਸਭ ਦਾ ਮੰਨਣਾ ਹੈ ਕਿ ਵਿਭਾਗਾਂ ਦੇ ਕੰਮ ਸਰਕਾਰ ਵੱਲੋਂ ਲਏ ਫੈਸਲਿਆਂ ਦੇ ਧਰਾਤਲ ਪੱਧਰ 'ਤੇ ਲਾਗੂ ਕਰਵਾਉਣਾ ਹੁੰਦਾ ਹੈ। ਲਿਹਾਜ਼ਾ ਪੰਜਾਬ ਸਰਕਾਰ ਦੀ ਕਿਸੇ ਵੀ ਰਸਮੀ ਮੀਟਿੰਗ ਆਦਿ ਤੋਂ ਬਗੈਰ ਸਿੱਖਿਆ ਵਿਭਾਗ ਵੱਲੋਂ ਆਪਣੇ ਹੀ ਪੱਧਰ 'ਤੇ ਕਾਲਜਾਂ ਨੂੰ ਖੁਦ ਮੁਖਤਾਰ ਕਰਨ ਦਾ ਫੈਸਲਾ ਤਰਕ ਸੰਗਤ ਨਹੀਂ ਹੈ। ਇੰਨਾ ਹੀ ਨਹੀਂ, ਅਧਿਆਪਕਾਂ ਦਾ ਇੱਕ ਵਰਗ ਖੁਦ ਮੁਖਤਾਰੀ ਦੇ ਅਮਲ ਨੂੰ ਉਚੇਰੀ ਸਿੱਖਿਆ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਪ੍ਰਕਿਰਿਆ ਸਿੱਧ ਹੋਣ ਦਾ ਖਦਸ਼ਾ ਜ਼ਾਹਰ ਕਰ ਚੁੱਕਿਆ ਹੈ। ਉਚੇਰੀ ਸਿੱਖਿਆ ਦੀ ਦਿਸ਼ਾ ਅਤੇ ਦਸ਼ਾ ਦੋਵਾਂ ਨੂੰ ਲੰਮੇ ਸਮੇਂ ਤੱਕ ਪ੍ਰਭਾਵਿਤ ਕਰਨ ਵਾਲੇ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਚੰਗਾ ਹੁੰਦਾ ਜੇ ਸਿੱਖਿਆ ਜਗਤ ਦੀਆਂ ਅਹਿਮ ਸ਼ਖਸੀਅਤਾਂ ਅਤੇ ਵਿੱਦਿਅਕ ਮਾਹਰਾਂ ਨਾਲ ਸਲਾਹ ਮਸ਼ਵਰਾ ਕਰ ਲਿਆ ਜਾਂਦਾ। ਹਾਲਾਂਕਿ ਇਸ ਦੌਰਾਨ ਕਿਸੇ ਵੀ ਰਾਜਸੀ ਆਗੂ ਨੇ ਲੋਕ ਸਭਾ ਜਾਂ ਵਿਧਾਨ ਸਭਾ ਸਮੇਤ ਕਿਸੇ ਵੀ ਮੰਚ 'ਤੇ ਇਸ ਮਾਮਲੇ ਨੂੰ ਲੈ ਕੇ ਦੋ ਸ਼ਬਦ ਬੋਲਣੇ ਜ਼ਰੂਰੀ ਨਹੀਂ ਸਮਝੇ। ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕੀਤਾ ਕਿ ਇਸ ਦੇ ਨਾਲ ਗਰੀਬ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਹੋ ਜਾਣਗੇ। ਮੰਨਿਆ ਕਿ ਪਾਰਟੀ ਦੇ ਹਿੱਤਾਂ ਨਾਲ ਸਿੱਧੇ ਤੌਰ 'ਤੇ ਇਹ ਮੁੱਦਾ ਸੰਬੰਧ ਨਾ ਰੱਖਦਾ ਹੋਵੇ, ਪਰ ਸਿੱਖਿਆ ਸਫ਼ਰ ਦੇ ਵਿੱਚ ਇੱਕ ਮੀਲ ਪੱਥਰ ਸਿੱਧ ਹੋਣ ਜਾ ਰਿਹਾ, ਇਹ ਫੈਸਲਾ ਤੁਹਾਡੀਆਂ ਤਰਜੀਹੀ ਲੋੜਾਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਸਕਿਆ? ਰਾਨੀ ਸੂਫੀ ਸੰਤ ਸ਼ੇਖ ਸਾਦੀ ਗੁਲਸਤਾਂ ਬੋਸਤਾਂ ਜਿਨ੍ਹਾਂ ਨੇ ਕਿਤਾਬ ਲਿਖੀ ਹੈ, ਉਹਨਾਂ ਤੋਂ ਕਿਸੇ ਨੇ ਪੁੱਛਿਆ ਸ਼ੇਖ ਸਾਦੀ ਤੋਂ ਕਿ ਕਿਸੇ ਕੌਮ ਦੀ ਬਦਕਿਸਮਤੀ ਦੀਆਂ ਦੋ ਨਿਸ਼ਾਨੀਆਂ ਕੀ ਨੇ? ਤਾਂ ਸ਼ੇਖ ਸਾਦੀ ਨੇ ਜਵਾਬ ਦਿੱਤਾ, ਗੁਪਤਮ ਬਾਵਕਤ ਖਮੋਸ਼ੀ, ਬਾਵਕਤ ਖਮੋਸ਼ੀ ਗੁਪਤਮ, ਭਾਵ ਕਿ ਜਿੱਥੇ ਬੋਲਣ ਦੀ ਲੋੜ ਹੋਵੇ ਉੱਥੇ ਚੁੱਪ ਧਾਰ ਲਵੇ। ਸਥਿਤੀ ਵਿਅਕਤੀਗਤ ਹੋਵੇ, ਪਰਿਵਾਰਕ ਜਾਂ ਸੰਸਥਾਗਤ ਹੋਵੇ, ਅਜਿਹੀ ਅਣਗਹਿਲੀ ਦਾ ਖਮਿਆਜ਼ਾ ਆਉਣ ਵਾਲੀਆਂ ਪੁਸ਼ਤਾਂ ਜ਼ਰੂਰ ਭੁਗਤੀਆਂ ਦੀਆਂ ਨੇ। ਰਾਜਨੀਤਿਕ ਪਾਰਟੀ ਭਾਵੇਂ ਕੋਈ ਵੀ ਹੋਵੇ, ਉਹਨਾਂ ਨੂੰ ਜਾਣ ਲੈਣਾ ਚਾਹੀਦਾ
ਕਿ ਸਿੱਖਿਆ ਪ੍ਰਤੀ ਤੁਹਾਡੀ ਅੱਜ ਦਿਖਾਈ ਜਾ ਰਹੀ ਉਦਾਸੀਨਤਾ ਭਵਿੱਖ ਦੇ ਵਿੱਚ ਤੁਹਾਡੇ ਲਈ ਅਜਿਹੇ ਸਵਾਲਾਂ ਦਾ ਸਵਾਬ ਬਣੇਗੀ ਅਤੇ ਤੁਹਾਡੇ ਤੋਂ ਜਵਾਬ ਨਹੀਂ ਦਿੱਤਾ ਜਾਣਾ। ਇਹ ਸੀ ਪ੍ਰੋਫੈਸਰ ਰਣਜੀਤ ਸਿੰਘ ਧਨੋਆ ਹੋਰਾਂ ਦੇ ਵਿਚਾਰ। ਉਹਨਾਂ ਦਾ ਮੋਬਾਈਲ ਨੰਬਰ ਹੈ 9452501991 9462098919। ਅਜੀਤ ਚੌਂ, ਧੰਨਵਾਦ ਸਹਿਤ। ਸੋ ਇਸ ਦੌਰਾਨ ਤੁਸੀਂ ਵੇਖੋ ਕਿ ਇੱਕ ਇਹਦੇ ਵਿੱਚ ਦੋਨੇ ਪੱਖ ਨੇ। ਇਹ ਮੇਰਾ ਖਿਆਲ ਹੈ ਇੰਗਲਿਸ਼ ਦੇ ਪ੍ਰੋਫੈਸਰ ਨੇ, ਮਲੇਰਕੋਟਲਾ ਕਾਲਜ ਨੇ ਸ਼ਾਇਦ। ਅਤੇ ਜਿਸ ਦੌਰਾਨ ਇਹਨਾਂ ਸੰਸਥਾਵਾਂ ਦੇ ਖੁਦ ਮੁਖਤਾਰ ਹੋਣ ਦਾ ਫਾਇਦਾ ਵੀ ਹੋਏਗਾ ਅਤੇ ਨੁਕਸਾਨ ਵੀ ਹੋਏਗਾ, ਦੋ ਹੀ ਪੱਖ ਹੋਣਗੇ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇੱਕ ਤਾਂ ਇਹ ਹੈ ਕਿ ਉਹ ਆਪਣਾ ਸੈਲਫ ਫਾਇਨਾਂਸ ਕਰ ਲੈਣਗੇ ਆਪਣੇ ਆਪ ਨੂੰ, ਉਹ ਖਰਚਾ ਚਲਾਉਣ ਦੇ ਵਾਸਤੇ ਇਸ ਤਰ੍ਹਾਂ ਦੇ ਕਦਮ ਚੁੱਕ ਕੇ ਇਸ ਨੂੰ ਉਹ ਬਿਹਤਰ ਤਰੀਕੇ ਵੱਲ ਲਿਜਾ ਸਕਦੇ ਨੇ। ਦੂਸਰਾ ਇਸ ਦੇ ਵਿੱਚ ਜਿਹੜਾ ਪੱਖ ਰਹੇਗਾ, ਸਤਨਾਮ ਸਿੰਘ ਪਰਮਾ ਸਾਹਿਬ, ਅੱਛਾ ਕਾਲ ਕਰ ਲਓ ਦੁਬਾਰਾ ਜੀ, ਹੁਣ ਕਾਲ ਲੈ ਲਾਂਗੇ ਤੁਹਾਡੀਆਂ 5-10 ਮਿੰਟ। 9876300955 ਨੰਬਰ 'ਤੇ ਕਾਲ ਕਰ ਸਕਦੇ ਹੋ। ਹੁਣ ਤੁਸੀਂ ਵੇਖੋ ਕਿ ਇੰਨੇ ਸਾਲ ਹੋ ਗਏ ਨੇ, 2 ਦਹਾਕੇ ਹੋ ਗਏ ਨੇ ਰਵੀ ਸਿੱਧੂ ਤੋਂ ਬਾਅਦ ਭਰਤੀ ਨਹੀਂ ਹੋਈ। 1158 ਪ੍ਰੋਫੈਸਰ ਪ੍ਰਗਟ ਸਿੰਘ ਹੋਰਾਂ ਦੇ ਵੇਲੇ ਭਰਤੀ ਹੋਏ ਸੀਗੇ, ਪਰ ਜਿਹੜੇ ਰੱਦ ਹੋ ਗਏ ਨੇ ਉਹ ਪੋਸਟਾਂ। ਕਾਲਜਾਂ ਦੇ ਵਿੱਚ ਛੱਡੋ, ਯੂਨੀਵਰਸਿਟੀਆਂ ਦੇ ਵਿੱਚ 50% ਦੇ ਕਰੀਬ ਪੋਸਟਾਂ ਖਾਲੀ ਨੇ। ਅਤੇ ਜਿਸ ਤਰ੍ਹਾਂ ਇਸ ਸੈਲਫ ਫਾਇਨਾਂਸ ਸਕੀਮ ਦੇ ਅਧੀਨ ਕਿ ਆਪਣਾ ਸਿਰ ਖੁਦ ਗੁੰਦੋ ਅਤੇ ਆਪਣਾ ਖਰਚਾ ਖੁਦ ਕੱਢੋ, ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ। ਇਸ ਦੌਰਾਨ ਕਰਪਸ਼ਨ ਵੀ ਕਿਤੇ ਨਾ ਕਿਤੇ ਵਧੇਗੀ, ਕਿਉਂਕਿ ਕਾਲਜਾਂ ਦੇ ਵਿੱਚ ਸਾਰਾ ਜਿਹੜਾ ਲੈਣ ਦੇਣ ਹੈ ਉਹ ਇਹਨਾਂ ਦਾ ਹੀ ਹੋ ਜਾਣਾ। ਅਤੇ ਜਿਸ ਇਸ ਦੇ ਵਿੱਚ ਸਮੇਂ ਦੇ ਸੱਚ ਨੂੰ ਸਮਝਣ ਦੀ ਜ਼ਰੂਰਤ ਹੈ। ਸੋ ਇਹ ਸੀ ਆਰਟੀਕਲ ਪ੍ਰੋਫੈਸਰ ਰਣਜੀਤ ਸਿੰਘ ਧਨੋਆ ਹੋਰਾਂ ਦਾ, ਜੋ ਪੰਜਾਬ ਦੇ 8 ਕਾਲਜਾਂ ਨੂੰ ਆਟੋਨਮਸ ਬਣਾਇਆ ਜਾ ਰਿਹਾ, ਖੁਦ ਮੁਖਤਾਰੀ ਦਿੱਤੀ ਜਾ ਰਹੀ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ। ਅਤੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876300955 9876300965 ਇਸੇ ਨੰਬਰ ਦੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਤੇ ਸਤਨਾਮ ਸਿੰਘ ਪਨਵਾ ਸਾਹਿਬ, ਸਵਾਗਤ, ਸਤਿ ਸ੍ਰੀ ਅਕਾਲ ਜੀ। ਗੁਰਸਵਾਰਿਆਂ ਨੂੰ ਸਰਦਾਰ ਬਹਾਦਰ, ਸਰਦਾਰ ਟਵਾੜਾ ਸਾਹਿਬ ਜੀ, ਮੈਂ ਖਾਲਸਾ ਪੰਥ ਦੀ ਪੱਧਰੀ, ਮੇਰੀ ਆਵਾਜ਼ ਆਉਂਦੀ ਜੀ? ਜੀ ਜੀ ਜੀ। ਗੁਰਸਵਾਰਿਆਂ, ਤੁਸੀਂ ਤੁਹਾਡੇ ਸਰੋਤੇ ਨੇ ਬੜਾ ਵਧੀਆ ਬੋਲ ਕੇ ਪਾਇਆ ਵੀ ਮਨ ਨੂੰ ਸਿਦਕ ਨਹੀਂ ਆਉਂਦਾ, ਰੱਜ ਨਹੀਂ ਆਉਂਦਾ, ਤੇ ਅਸਲ ਚ ਜਿਹੜਾ ਨੀਅਤ ਦਾ ਭੁੱਖਾ ਨਾ ਉਹ ਬੰਦਾ ਨਹੀਂ ਰੱਜਦਾ, ਤੇ ਜਿਹੜੀ ਨੀਅਤ ਸਾਫ਼ ਹੋਵੇ ਉਹਨੂੰ ਰੱਜ ਆ ਜਾਂਦਾ ਵਾ। ਦੁਨੀਆਂ ਦਾ ਬਾਅਦ ਇਨਸਾਨ ਭਗਤ ਪੂਰਨ ਸਿੰਘ ਹੋਇਆ, ਜਿਹਨੂੰ ਸਾਰੀ ਦੁਨੀਆਂ ਦੇ ਵਿੱਚੋਂ ਮਤਲਬ ਨੀਅਤ ਸਾਫ਼ ਸੀ ਉਹਦੀ, ਤੇ ਉਹਨੂੰ ਸਿਦਕ ਆਇਆ। ਉਹਨੇ ਮਨੁੱਖਤਾ ਦੀ ਸੇਵਾ ਕਰਕੇ ਤੇ ਰੱਬ ਨੂੰ ਲੱਭਿਆ। ਰੱਬ ਕਿਤੇ ਦੂਰ ਨਹੀਂ ਹੈਗਾ। ਗੁਰਬਾਣੀ ਕਹਿੰਦੀ ਜੰਗਲ ਜੰਗਲ ਕਿਹਾ ਭਵੇਂ ਵਣਕੰਡਾ ਮੋੜੇ, ਜੰਗਲਾਂ ਚ ਭੱਜ ਫਿਰ ਕੇ ਰੱਬ ਨਹੀਂ ਲੱਭਦਾ। ਜੰਗਲਾਂ ਚ ਰੱਬ ਲੱਭ ਜਾਂਦਾ ਤੇ ਡੱਡੀਆਂ ਆਪਣਾ ਕੱਟੀਆਂ ਮੱਛੀਆਂ ਨੂੰ ਲੱਭ ਜਾਣਾ ਸੀਗਾ।
ਇੱਕ ਗੱਲ ਲਿਖੀ ਸਰਦਾਰ ਕੁਲਬੀਰ ਸਿੰਘ ਕੌੜੇ ਨੇ ਵੀ ਬੁੱਲਿਆ ਸ਼ਾਹ ਜਿਹੜਾ ਨਾ ਉਹ ਬੜਾ ਵੱਡਾ ਸ਼ਹਿਰ ਹੋਇਆ, ਭਾਵੇਂ ਉਹ ਕੱਟੜਪੰਥੀ ਸੀਗਾ ਪਰ ਫਿਰ ਵੀ ਉਹਨੇ ਸਿੱਖਾਂ ਨੂੰ ਆਖਿਆ ਵੀ ਇੱਕ ਸ਼ਹਿਰ ਦੇ ਪ੍ਰਪੱਕ ਸੀਗੇ, ਸੱਗ ਲਿਖਿਆ ਸਿੱਖਾਂ ਨੂੰ ਉਹਨੇ, ਕੁੱਤੇ ਲਿਖਿਆ ਆਪਣੀ ਭਾਸ਼ਾ ਦੇ ਵਿੱਚ, ਪਰ ਫਿਰ ਵੀ ਸਿੱਖਾਂ ਦੀ ਕਦਰ ਕਰਦਾ ਸੀ ਉਹ। ਉਹਦੀ ਵੀ ਗੱਲ ਤੋਂ ਸਿੱਖ ਲੈਣਾ ਚਾਹੀਦਾ ਕੁੱਝ। ਉਹ ਕਹਿੰਦਾ ਉਹ ਰਾਜ ਖਲੋਤਾ ਸੜਕ ਦੇ ਵਿਚਕਾਰ ਡੰਡੀ ਦੇ ਵਿੱਚ, ਰੱਬ ਮਸੀਤ ਚ ਆ ਕੇ ਰੱਬ ਮੇਰੇ ਅੰਦਰ ਆ, ਰੱਬ ਮਸੀਤ ਚ ਆ ਕੇ ਰੱਬ ਮੇਰੇ ਅੰਦਰ ਆ। ਗੋਵਾ ਚੁੱਕੇ ਜਾਂਦੀ ਟੋਕਰੇ ਵਾਲੀ ਬੀਬੀ ਪਿੱਛੋਂ ਤੁਰੀ ਆਈ ਤੇ ਖਲੋਤੀ ਵੇਖਦੀ ਆ ਵੀ ਬੁੱਲਾ ਦੋ ਚਿੱਤੀ ਵਿੱਚ ਫਸਿਆ ਵਾ, ਕੀ ਸੋਚਦਾ ਆ। ਤੇ ਉਹਨੇ ਕਿਹਾ ਬਾਬਾ ਇੱਕ ਪਾਸੇ ਹੋ ਜਾ ਤੇ ਮੈਂ ਵੀ ਲੰਘਣਾ ਆ। ਤੇ ਉਹਨੇ ਸੋਚਿਆ ਵੀ ਜੇ ਮਸੀਤ ਚ ਰੱਬ ਆ ਕੇ ਜਾਂ ਮੇਰੇ ਅੰਦਰ ਆ, ਉਹਨੇ ਕਹਿੰਦਾ ਭੱਜ ਭੱਜ ਵੜਦਾ ਵਿੱਚ ਮਸੀਤੀ ਤੇਰੇ ਅੰਦਰ ਅੰਦਰ ਬੈਠਾ, ਉਹਨੂੰ ਫੜਿਆ ਹੀ ਨਾ, ਬਾਹਰੋਂ ਧੋਨਾ ਜੁੱਤੇ ਗੋਡੇ ਤੇਰੇ ਅੰਦਰ ਪਲੀਤੀ ਵਿੱਚ ਵੜਿਆ ਹੀ ਨਾ। ਬੰਦੇ ਨੇ ਅੰਦਰੋਂ ਰੱਬ ਲੱਭਣਾ ਸੀ, ਬੰਦਾ ਹੀ ਰੱਬ ਆ, ਬੰਦਾ ਹੀ ਸ਼ੈਤਾਨ ਆ, ਬੰਦਾ ਹੀ ਭੂਤਨਾ ਆ, ਜੋ ਕੁਝ ਬੰਦਾ ਹੀ ਆ। ਸਰਦਾਰ ਗੁਰਬਖਸ਼ ਸਿੰਘ ਕਾਲਾ ਫਗਾਨਾ ਲਿਖਦੇ ਨੇ ਕਲਯੁਗ ਕੀ ਆ, ਕਲਯੁਗ ਦਾ ਪਹਿਰਾ ਉਦੋਂ ਵਾ ਜਦੋਂ ਸਾਨੂੰ ਆਪਣੇ ਪਰਾਇਆ ਦੀ ਪਛਾਣ ਭੁੱਲ ਜਾਂਦੀ ਆ, ਭਰਾ ਭਰਾ ਦਾ ਹੱਕ ਖਾਈ ਜਾਂਦਾ, ਕਹਿੰਦਾ ਬਈ ਮੈਂ ਭਰਾ ਨੂੰ ਦਿਆ ਕੱਖ ਨਾ, ਤੇ ਉਹ ਆਪਣੇ ਘਰ ਨੂੰ ਹਰ ਚੀਜ਼ ਖਿੱਚੀ ਜਾਵੇ, ਉੱਥੇ ਕਲਯੁਗ ਆ। ਤੇ ਸਤਯੁਗ ਉੱਥੇ ਆ, ਸਾਰਿਆਂ ਨੇ ਸਾਖੀ ਸੁਣੀ ਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦੋ ਭਰਾ ਸੀਗੇ, ਉਹ ਇੱਕ ਜ਼ਿਮੀਂਦਾਰਾ ਕਰਦਾ ਸੀ, ਇੱਕ ਨੌਕਰੀ ਕਰਦਾ, ਤੇ ਉਹ ਬਾਬਾ ਨਾਨਕ ਜੀ ਵੇਖਦੇ ਰਹੇ ਨੇ ਬਈ ਉਹ ਜਦੋਂ ਜ਼ਿਮੀਂਦਾਰ ਘਰ ਰੋਟੀ ਖਾਣ ਰਾਤ ਨੂੰ ਗਿਆ ਤੇ ਉਹ ਦੂਜਾ ਜਿਹੜਾ ਸੀ ਨੌਕਰੀ ਵਾਲਾ ਉਹਦੇ ਚੁੱਕ ਚੁੱਕ ਕੇ ਦਾਣੇ ਉਹਦੇ ਬੋਲ ਤੇ ਸੁੱਟੀ ਜਾਵੇ, ਜਦੋਂ ਦੂਜਾ ਆਇਆ ਵਾਰੀ ਆਈ ਫੌਜੀ ਦੀ ਤੇ ਉਹ ਆਣ ਕੇ ਦਾਣੇ ਚੁੱਕ ਕੇ ਉਹਦੇ ਬੋਲ ਤੇ ਸੁੱਟੀ ਜਾਵੇ, ਤੇ ਦੂਰ ਬੈਠੇ ਗੁਰੂ ਨਾਨਕ ਪਾਤਸ਼ਾਹ ਵੇਖਦੇ ਸੀ। ਪਤਾ ਨੀ ਇਹ ਸਾਖੀ ਸੱਚੀ ਆ ਕਿ ਝੂਠੀ ਆ, ਗੱਲ ਮਤਲਬ ਮਨ ਨੂੰ ਸਮਝਾਉਣ ਵਾਸਤੇ ਸਹੀ ਲੱਗਦੀ ਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਬਈ ਤੂੰ ਦਾਣੇ ਉਹ ਉਸ ਬੋਲ ਤੇ ਸੁੱਟੀ ਜਾਂਦਾ, ਉਹ ਉਸ ਬੋਲ ਤੇ ਸੁੱਟੀ ਜਾਂਦਾ, ਕੀ ਕਰਦੇ ਸੋ? ਜਿਹੜਾ ਫੌਜੀ ਸੀ ਉਹਨੇ ਕਿਹਾ ਮੈਂ ਤੇ ਨੌਕਰੀ ਚਾਕਰੀ ਕਰਨਾ, ਚਾਰ ਪਾਸੇ ਕਿਤੇ ਹੋਰ ਆ ਜਾਣੇ ਨੇ, ਇਹ ਭਰਾ ਦਾ ਇਹਨੂੰ ਲਾਗੀ ਪਾਤਰੀ ਰਾਗੀ ਢਾਡੀ ਕੋਈ ਇਹਦੇ ਘਰ ਸੌ ਜੀ ਆਉਂਦਾ ਵਾ, ਇਹਦੇ ਨਾਲ ਮੈਨੂੰ ਥੋੜਾ ਲੱਗਦਾ, ਮੈਂ ਤਾਂ ਉੱਥੇ ਸੁੱਟੇ ਨੇ। ਤੇ ਦੂਜੇ ਨੂੰ ਪੁੱਛਿਆ, ਦੂਜੇ ਨੇ ਆਖਿਆ ਮੈਂ ਤਾਂ ਸੁੱਟੇ ਨੇ ਕਿ ਮੈਂ ਤੇ ਇਧਰੋਂ ਉਧਰੋਂ ਫੜ ਕੇ ਗੁਜ਼ਾਰਾ ਕਰ ਲਵਾਂਗਾ, ਪਰ ਮੇਰੇ ਭਰਾ ਬਾਹਰ ਰਹਿੰਦਾ ਤੇ ਇਹਦੇ ਨਿਆਣੇ ਕਿੱਦਾਂ ਗੁਜ਼ਾਰਾ ਕਰਨਗੇ? ਉੱਥੇ ਸਤਯੁਗ ਸੀਗਾ, ਪਰ ਅੱਜ ਉਹ ਚੀਜ਼ ਹੈ ਨਹੀਂ। ਅੱਜ ਸਾਡੇ ਘਰਾਂ ਦਾ ਦੁਖਾਂਤ ਕੀ ਆ? ਤੁਸੀਂ ਸ਼ੇਖ ਸਾਹਿਬ ਹੋਰਾਂ ਦੀ ਵੀ ਗੱਲ ਕੀਤੀ ਆ, ਗੁਸਤਾਂ ਬੋਸਤਾਂ ਕਿਤਾਬ ਦੀ ਮੈਂ ਪੜ੍ਹੀ ਸੀ, ਬਾ ਕਮਾਲ ਦੀਆਂ ਗੱਲਾਂ ਉਹਦੇ ਵਿੱਚ, ਉਹਦੇ ਵਿੱਚ ਵੀ ਇਹੋ ਹੀ ਕਹਿੰਦੇ ਨੇ ਕਿ ਸ਼ੇਖ ਸ਼ਾਹ ਦੀ ਆਪਣੇ ਵਿਦਿਆਰਥੀਆਂ ਨੂੰ ਪੁੱਛਦੇ ਨੇ ਬਈ ਮੇਰੇ ਮੁਤਾਬਕ ਰੱਬ ਸਾਰੀਆਂ ਥਾਵਾਂ ਤੇ ਹੈਗਾ ਆ, ਤੇ ਬੱਚਿਓ ਦੱਸੋ, ਸਵਾਲ ਦੇ ਜਵਾਬ ਦਿਓ। ਤੇ ਬੱਚੇ ਸਾਰੇ ਉਹਨਾਂ ਆਖਿਆ ਠੀਕ ਹੈ ਜੀ, ਤੁਹਾਡੇ ਕਹਿਣ ਮੁਤਾਬਕ ਸਾਰੇ ਥਾਂ ਹੈਗਾ। ਇੱਕ ਬੱਚਾ ਉੱਠਿਆ ਹੀ ਨਾ ਜਵਾਬ ਦੇਣ, ਉਹ ਕਹਿੰਦਾ ਤੂੰ ਨੀ ਉੱਠਿਆ ਬਈ? ਉਹ ਕਹਿੰਦਾ ਜੀ ਰੱਬ ਸਾਰੇ ਥਾਵਾਂ ਤੇ ਹੈਗਾ ਪਰ ਬੰਦੇ ਦੇ ਮਨ ਵਿੱਚ ਰੱਬ ਹੈ ਨਹੀਂ। ਜਦੋਂ ਇਸੇ ਗੱਲ ਨੇ ਹੀ ਸਾਡੀਆਂ ਡੇਰੇ ਬਣਾਏ ਨੇ, ਸਾਡੀਆਂ ਜਗ੍ਹਾ ਬਣਾਈਆਂ, ਥਾਂ ਥਾਂ ਤੇ ਰੱਬ ਨੂੰ ਲੱਭਦੇ ਫਿਰਦੇ ਆ, ਕੋਈ ਚਪਹਿਰਿਆਂ ਮਗਰ ਭੱਜਾ ਫਿਰਦਾ ਸੀ, ਕੋਈ ਠਪਹਿਰਿਆਂ ਮਗਰ ਭੱਜਾ ਫਿਰਦਾ, ਕੋਈ ਪ੍ਰਭਾਤ ਫੇਰੀਆਂ ਮਗਰ ਮੇਲੀਆਂ ਮਗਰ। ਮੈਂ ਕੱਲ ਵੀ ਤੁਹਾਨੂੰ ਬੋਲ ਕੇ ਮੈਸੇਜ ਪਾਇਆ ਵੀ ਸਾਡੇ ਪਿੰਡ ਦਾ ਜਥੇਦਾਰ ਸਵਰਨ ਸਿੰਘ ਸੀਗਾ, ਉਹ ਮੁੱਠ ਦਾਣੇ ਕਾਰਸੇ ਵਾਲੇ ਸਾਰਿਆਂ ਨੂੰ ਨਹੀਂ ਸੀ ਦਿੰਦਾ। ਉਹ ਕਹਿੰਦਾ ਜੀ ਇਹ ਵਿਹਲੜ ਪਾ ਦਿੰਦੇ ਜੀ। ਸਰਦਾਰ ਜੀ ਆਵਾਜ਼ ਆਉਂਦੀ ਜੇ? ਹਾਂਜੀ ਹਾਂਜੀ ਜੀ ਜੀ ਜੀ। ਉਹ ਕਹਿੰਦਾ ਸੀ ਇਹ ਵਿਹਲੇ ਸਾਧ ਪਲਦੇ ਨੇ, ਕੰਮ ਕੋਈ ਨੀ ਕਰਦੇ, ਕੌਮ ਦਾ ਕੋਈ ਕੰਮ ਨੀ ਭਲੇ ਦਾ ਕਰਦੇ। ਉਦੋਂ ਮੈਨੂੰ ਗੁੱਸਾ ਆਉਂਦਾ ਹੁੰਦਾ ਵੀ ਯਾਰ ਜਹਿਦਾਰ ਕੀ ਕਰਦਾ, ਇੱਡੀ ਜ਼ਮੀਨ ਦਾ ਮਾਲਕ ਆ ਤੇ ਲੋਕਾਂ ਨੂੰ ਦਾਣੇ ਮੁੱਠ ਨੀ ਦਿੰਦਾ ਕਾਰਸੇ ਵਾਲੇ ਸਾਧਾਂ ਨੂੰ। ਉਹ ਕਹਿੰਦਾ ਨੀ ਇਹ ਵਿਹਲੇ ਨੇ, ਪਰ ਜਦੋਂ ਮੈਂ ਕੁਲਬੀਰ ਸਿੰਘ ਕੌੜੇ ਦੀ ਕਿਤਾਬ ਪੜ੍ਹੀ ਪਰ ਇਹ ਫਿਰ ਮੈਨੂੰ ਪਤਾ ਲੱਗ ਗਿਆ ਵੀ ਨਹੀਂ ਯਾਰ ਇਹ ਤੇ ਬੜੇ ਵੱਡੇ ਗਰੋਹ ਆਏ ਇੱਕ
ਸਾਧ ਥੋੜੇ ਨੇ, ਸਾਧ ਥੋੜੇ ਨੇ, ਚੋਰ ਇਹਨਾਂ ਵਿੱਚ ਬਹੁਤੇ ਨੇ। ਸਰਦਾਰ ਜੀ ਜਥੇਦਾਰ ਸਵਰਨ ਸਿੰਘ ਦੇ ਪੋਤਰਿਆਂ ਨੇ ਪ੍ਰਭਾਤ ਫੇਰੀਆਂ ਨਹੀਂ ਕੱਢੀਆਂ, ਉਹਨਾਂ ਨੇ ਨਗਰ ਕੀਰਤਨਾਂ ਵਿੱਚ ਹਿੱਸਾ ਨਹੀਂ ਲਿਆ। ਜਦੋਂ ਲੋਕਾਂ ਦੇ ਨਿਆਣੇ ਪ੍ਰਭਾਤ ਫੇਰੀਆਂ ਵਿੱਚ ਗਲੀਆਂ 'ਚ ਕੂੜਾ ਮਿਲਦੇ ਫਿਰਦੇ ਸੀ, ਉਦੋਂ ਜਥੇਦਾਰ ਦੇ ਪੋਤਰੇ ਅੰਦਰ ਹੀ ਕੁੰਡਿਆਂ ਮਾਰ ਕੇ ਪੜ੍ਹਦੇ ਸੀ, ਉਹਨਾਂ ਨੇ ਆਪਣਾ ਅੱਗਾ ਖਵਾਰਿਆ। ਇਸ ਵੇਲੇ ਇੱਕ ਹਾਈਕੋਰਟ ਦਾ ਜੱਜ ਬਣਨ ਨੂੰ ਫਿਰਦਾ ਮੁੰਡਾ ਹਾਈਕੋਰਟ 'ਚ ਵਕੀਲ ਆ, ਤੇ ਦੂਜਾ ਮੁੰਡਾ ਪੁਲਿਸ ਦਾ ਕਮਿਸ਼ਨਰ ਡਾਇਰੈਕਟ ਭਰਤੀ ਹੋਇਆ। ਉਹ ਪ੍ਰਭਾਤ ਫੇਰੀਆਂ ਪਿੱਛੇ ਨਹੀਂ ਸੀ ਗਏ, ਉਹਨਾਂ ਨੇ ਚਪਹਿਰੇ ਨਹੀਂ ਕੱਟੇ। ਅੱਜ ਜਿਹੜੇ ਬੱਚੇ ਪੜ੍ਹਦੇ ਨਹੀਂ ਗਏ, ਰੱਬ ਲੱਭਦੇ ਫਿਰਦੇ ਨੇ ਚਪਹਿਰਿਆਂ ਵਿੱਚੋਂ, ਉਹਨਾਂ ਨੇ ਆਪਣਾ ਅੱਗਾ ਨਹੀਂ ਸਵਾਰਿਆ, ਉਦੋਂ ਬੈਠੇ ਰਹੇ ਨੇ, ਉਦੋਂ ਮਤਲਬ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ। ਹੁਣ ਜਥੇਦਾਰ ਦੇ ਪੋਤਰਿਆਂ ਨੇ ਗੱਲ ਕਰੀਏ, ਉਹਨਾਂ ਰੱਬ ਨੂੰ ਪਾਇਆ ਜਿਹੜੇ ਵੱਡੇ ਅਫਸਰ ਬਣੇ ਨੇ, ਕਿ ਜਾਂ ਜਿਹੜੇ ਸੜਕਾਂ ਨੇ ਭੱਜੇ ਫਿਰਦੇ ਨੇ, ਚਪਹਿਰਿਆਂ ਮਗਰ ਭੱਜੇ ਫਿਰਦੇ ਨੇ, ਜੇ ਉਹਨਾਂ ਦੀ ਗੱਲ ਕਰੀਏ। ਮੇਰਾ ਇੱਕ ਰਿਸ਼ਤੇਦਾਰ ਹੈ, ਮੈਂ ਕੱਲ ਵੀ ਗੱਲ ਕੀਤੀ ਸੀ ਉਹਨੂੰ, ਮੈਂ ਫੋਨ ਕਰਕੇ ਪੁੱਛਿਆ ਬਈ ਸੁਣਾ ਬੱਚੇ ਕੀ ਕਰਦੇ, ਕਹਿੰਦਾ ਧੀ ਦੇ MBBS ਦਾ ਦਾਖਲਾ ਲੈ ਲਿਆ ਵਾ, ਤੇ ਪੁੱਤ ਮੇਰੇ ਨੇ 8 ਬੈਂਡ ਲਏ ਨੇ, ਤੇ ਦੱਸੋ ਉਹਨੇ, ਮੈਂ ਉਹਨੂੰ ਪੁੱਛਿਆ ਵੀ ਤੇਰੇ ਬੱਚਿਆਂ ਨੇ ਬੈਂਡ ਇਹ ਚਪਹਿਰੇ ਕੱਢ ਕੇ ਲਏ ਕਿ ਪੜ੍ਹ ਕੇ ਲਏ ਨੇ, ਉਹ ਕਹਿੰਦਾ ਨਹੀਂ ਪੜ੍ਹਾਈ ਕਰਕੇ ਲਏ ਨੇ। ਮੈਂ ਕਹਿੰਦਾ ਤੇਰੇ ਘਰ ਵਾਲੀ ਨੂੰ ਮੁਬਾਰਕ ਹੈ ਯਾਰ, ਜਿਹਨੇ ਉਹ ਤੁਹਾਡਾ ਵੀ ਬੰਦਾ ਬੜਾ ਫੈਨ, ਜੇ ਤੁਹਾਡਾ ਨੰਬਰ ਮੇਰੇ ਕੋਲ ਉਹਨੇ ਲਿਆ, ਤੁਹਾਨੂੰ ਰੇਡੀਓ ਤੋਂ ਸੁਣਦਾ ਸੀ, ਨੰਬਰ ਲਿਆ ਉਹਨੇ ਮੇਰੇ ਕੋਲ ਤੁਹਾਡਾ, ਕਹਿੰਦਾ ਮੈਂ ਗੱਲ ਕਰਨੀ ਟਵਾਣਾ ਸਾਹਿਬ ਨਾਲ। ਬਾਈ ਚਪਹਿਰਿਆਂ ਦੁਪਹਿਰਿਆਂ ਵਾਲਿਆਂ ਨੇ ਕੱਖ ਨਹੀਂ ਕੀਤਾ, ਜਿੰਨਾ ਮਿਹਨਤ ਕੀਤੀ ਆ, ਜਿੰਨਾ ਰੱਬ ਨੂੰ ਅੰਦਰੋਂ ਲੱਭਿਆ, ਬੰਦੇ ਖੋਜ ਦਿਲ ਹਰ ਨਾ ਫਿਰ ਪਰੇਸ਼ਾਨੀ ਮਾਹੇ। ਮਿਹਰਬਾਨੀ ਸਰਦਾਰ ਸਾਹਿਬ, ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਦੇਖੋ ਜਦੋਂ ਬੰਦਾ ਮਾਨਸਿਕ ਤੌਰ 'ਤੇ ਟੁੱਟਦਾ, ਧਰਮ ਮੋਟੀਵੇਟ ਕਰਦਾ, ਇਹ 'ਚ ਕੋਈ ਦੋ ਰਾਵਾਂ ਨਹੀਂ, ਪਰ ਸਾਰਾ ਧਰਮ 'ਤੇ ਤਵੱਜੋ ਦੇਣੀ, ਜਾਂ ਤਾਂ ਤੁਸੀਂ ਵੇਖੋ ਕਿ ਧਾਰਮਿਕ ਫੀਲਡ ਦੇ ਵਿੱਚ ਆ ਜਾਓ, ਫਿਰ ਤਾਂ ਤੁਸੀਂ ਧਰਮ ਦੇ ਗਿਆਤਾ ਹੋ ਸਕਦੇ ਹੋ। ਪਰ ਜੇ ਤੁਸੀਂ ਧਰਮ ਦੇ ਗਿਆਤਾ ਬਣਨਾ ਤਾਂ ਤੁਹਾਨੂੰ ਅੰਗਰੇਜ਼ੀ, ਹਿੰਦੀ, ਉਰਦੂ, ਫਾਰਸੀ, ਪੰਜਾਬੀ ਸਾਰੀਆਂ ਜ਼ੁਬਾਨਾਂ ਸਿੱਖਣੀਆਂ ਆਉਣਗੀਆਂ, ਉਹ ਵੀ ਤਾਂ ਹੀ ਸਿੱਖੋਗੇ ਜੇ ਸਕੂਲ ਜਾਓਗੇ। ਇਹ ਠੀਕ ਹੈ ਕਿ ਜਦੋਂ ਸਾਡਾ ਮਨ ਟੁੱਟਦਾ ਹੈ, ਕਿਉਂਕਿ ਸਾਡਾ ਮਨ ਚੀਜ਼ਾਂ ਦੀ ਜਿਹੜੀ ਚੱਕਾ ਚਾਹੁੰਦਾ ਉਸ ਦੇ ਵਿੱਚ ਵੀ ਫਸਦਾ ਹੈ। ਹੁਣ ਸਿੱਖੀ ਜਿਹੜੀ ਹੈਗੀ ਉਹ ਰੋਲ ਇੱਕ ਲਾਈਫ ਸਟਾਈਲ ਤੁਹਾਨੂੰ ਦਿੰਦੀ ਹੈ ਕਿ ਕੀ ਖਾਣਾ ਕੀ ਨਹੀਂ ਖਾਣਾ, ਕੀ ਕਰਨਾ ਕੀ ਨਹੀਂ ਕਰਨਾ, ਕਿੱਦਾਂ ਵਿਚਰਨਾ, ਅਤੇ ਜ਼ਿੰਦਗੀ ਦਾ ਸੱਚ ਵੀ ਸਮਝਾਇਆ ਗਿਆ ਕਿ ਜਾਣਾ ਸਭ ਨੇ ਹੈ, ਇਹ ਭਾਂਡਾ ਭੱਜਣਾ। ਪਰ ਇਸ ਤੋਂ ਸਬਕ ਲੈ ਕੇ ਅਸੀਂ ਅੱਗੇ ਵੱਧਦੇ ਜਾਣਾ। ਚੜ੍ਹਦੀ ਕਲਾ ਦਾ ਕਨਸੈਪਟ ਬਹੁਤ ਹੈ ਸਿੱਖੀ ਦੇ ਵਿੱਚ, ਹਾਲਾਂਕਿ ਦੂਸਰੇ ਧਰਮ ਸਮੇਂ ਦੇ ਹਿਸਾਬ ਦੇ ਨਾਲ ਉਸ ਸਮੇਂ ਦੇ ਨੇ। ਸਿੱਖੀ ਇਹ ਨਹੀਂ ਕਿ ਸਾਡਾ ਧਰਮ ਹੈ, ਲੇਟੈਸਟ ਧਰਮ ਹੈ। ਪਰ ਇਹਦੇ 'ਚ ਕੁਛ ਜਿਹੜੇ ਤਰਕ ਨੇ ਉਹ ਸਵਾਲ ਵੀ ਖੜ੍ਹੇ ਹੁੰਦੇ ਨੇ। ਰਾਤੀ ਮੈਂ ਕਿਤਾਬ ਪੜ੍ਹ ਰਿਹਾ ਸੀ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਮੋਮਬੱਤੀਆਂ, ਉਹਦੇ ਵਿੱਚ ਇੱਕ ਗੱਲ ਆਈ, ਮੈਂ ਰਾਤ ਨੂੰ ਪਿਆ ਪਿਆ ਹੱਸਿਆ ਵੀ ਦੇਖੋ ਇਹ ਗੱਲ ਲੌਜਿਕ ਤਾਂ ਹੈ ਪਰ ਇਹ ਗੱਲ ਕਈਆਂ ਨੂੰ ਬੁਰੀ ਲੱਗਣੀ ਆ। ਉਹ ਕਹਿੰਦੇ ਉਹ 'ਚ ਲਿਖਿਆ, ਕਹਿੰਦੇ ਪੰਡਿਤਾਂ ਦਾ ਪਾਣੀ ਸੂਰਜ 'ਤੇ ਨਹੀਂ ਪਹੁੰਚ ਸਕਿਆ, ਹਰਿਦੁਆਰ ਦੀ ਜੋ ਸਾਖੀ ਹੈ, ਪਰ ਕਹਿੰਦੇ ਸਾਡਾ ਕੜਾਹ ਪ੍ਰਸ਼ਾਦ ਅਕਾਲ ਪੁਰਖ ਛਕ ਲੈਂਦਾ। ਹੁਣ ਉਹਨੂੰ ਤੁਸੀਂ ਕਿੱਦਾਂ ਲੈਂਦੇ ਹੋ ਕਿ ਪੰਡਿਤਾਂ ਦਾ ਪਾਣੀ ਸੂਰਜ ਤੱਕ ਨਹੀਂ ਪਹੁੰਚਿਆ, ਜਿਹੜਾ ਉਹ ਸੂਰਜ ਨੂੰ ਅਰਗ ਦਿੰਦੇ ਸੀ ਗੁਰੂ ਨਾਨਕ ਸਾਹਿਬ ਖੇਤਾਂ ਨੂੰ ਦੇਣ ਲੱਗ ਪਏ ਕਰਤਾਰਪੁਰ ਨੂੰ ਉਹਨਾਂ ਨੂੰ ਸਮਝਾਉਣ ਦੇ ਵਾਸਤੇ। ਕਹਿੰਦੇ ਪੰਡਿਤਾਂ ਦਾ ਪਾਣੀ ਸੂਰਜ 'ਤੇ ਨਹੀਂ ਪਹੁੰਚਿਆ, ਪਰ ਸਾਡਾ ਕੜਾਹ ਪ੍ਰਸ਼ਾਦ ਅਕਾਲ ਪੁਰਖ ਛਕ ਲੈਂਦਾ ਹੈ, ਕਿਉਂਕਿ ਅਸੀਂ ਵੀ ਤਾਂ ਅਕਾਲ ਪੁਰਖ ਨੂੰ ਭੇਂਟ ਕਰਦੇ ਹਾਂ ਦੇਗ। ਸੋ ਲੌਜਿਕ ਹੈ ਆਪਣਾ ਆਪਣਾ। ਸੋ ਪਰ ਇਸ ਤਰ੍ਹਾਂ ਧਰਮ, ਮੈਂ ਅਕਸਰ ਕਹਿੰਦਾ ਹੁੰਦਾ ਕਿ ਧਰਮ ਸਮੇਂ ਸਮੇਂ ਬਣੇ ਹੋਏ ਉਹ ਸਿਧਾਂਤ ਨੇ ਜਿਹੜੇ ਟੁੱਟਦੇ ਹੋਏ ਮਨ ਨੂੰ ਜੋੜਦੇ ਨੇ। ਜਦੋਂ ਤੁਸੀਂ ਅੱਤ ਦੁੱਖਾਂ 'ਚ ਹੁੰਦੇ ਹੋ ਤਾਂ ਤੁਹਾਨੂੰ ਇਹ ਸਮਝਾਇਆ ਜਾਂਦਾ ਕਿ ਰਾਮ ਗਿਓ, ਰਾਵਣ ਗਿਓ, ਜਾਂ ਕੋ ਬਹੁ ਪਰਿਵਾਰ
ਜਦੋਂ ਅਸੀਂ ਲੂਹਣੀਆਂ ਦਾ ਪਾਠ ਲਾਹਣੀਆਂ ਦਾ ਪਾਠ ਸੁਣਦੇ ਹਾਂ ਤਾਂ ਸਾਨੂੰ ਇੱਕ ਸਕੂਨ ਮਹਿਸੂਸ ਹੁੰਦਾ ਹੈ ਅਤੇ ਆਸਾ ਦੀ ਵਾਰ ਸਾਨੂੰ ਚੜ੍ਹਦੀ ਕਲਾ ਦੀ ਸੇਧ ਦਿੰਦੀ ਹੈ। ਸੁਖਮਣੀ ਸਾਹਿਬ ਸਾਨੂੰ ਜ਼ਿੰਦਗੀ ਦੇ ਸੁੱਖ ਅਤੇ ਦੁੱਖ ਸਮਝਾਉਂਦਾ ਹੈ ਅਤੇ ਈਵਨ ਕਿਸੇ ਵੀਰ ਨੇ ਇੱਕ ਦਿਨ ਆਖਿਆ ਸੀ ਕਿ ਖੁਸ਼ਵੰਤ ਸਿੰਘ ਭਾਵੇਂ ਨਾਸਤਿਕ ਮੰਨਦਾ ਸੀ ਆਪਣੇ ਆਪ ਨੂੰ, ਪਰ ਉਹ ਦੱਸਦਾ ਸੀ ਕਿ ਮੈਂ ਜਦੋਂ ਸ਼ਬਦ ਕੀਰਤਨ ਸੁਣਦਾ ਉਹ ਜਿਹੜੀ ਲੈ ਆ ਤੁਹਾਨੂੰ ਚੰਗੀ ਲੱਗਦੀ ਹੈ। ਇਸ ਤਰ੍ਹਾਂ ਹਿੰਦੂ ਧਰਮ ਦੀ ਆਰਤੀ ਹੈ, ਓਮ ਜੈ ਜਗਦੀਸ਼ ਹਰੇ ਜਦੋਂ ਤੁਸੀਂ ਸੁਣਦੇ ਹੋ, ਈਵਨ ਤੁਸੀਂ ਅਖੰਡ ਕੀਰਤਨੀ ਹੈ ਜਦੋਂ ਆਪਣੀ ਲੈਅ ਦੇ ਵਿੱਚ ਕੀਰਤਨ ਕਰ ਰਹੇ ਹੁੰਦੇ ਆ, ਹੈ ਨਾ, ਜਦੋਂ ਉਹ ਲੈਅ ਦੇ ਵਿੱਚ ਵਹਿਗਰੂ ਵਹਿਗਰੂ ਕਰਦੇ ਆ, ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ ਜਦੋਂ ਸੁਣਨ ਲੱਗੋ ਨਾ ਇਕਾਗਰ ਹੋ ਕੇ ਤੁਹਾਨੂੰ ਉਹ ਕਿਸੇ ਹੱਦ ਤੱਕ ਚੰਗਾ ਵੀ ਲੱਗਦਾ, ਪਰ ਜਨਤਕ ਤੌਰ 'ਤੇ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਬੜਾ ਅਜੀਬ ਲੱਗਦਾ ਕਿ ਯਾਰ ਇਹ ਕੀ ਕਰੀ ਜਾਂਦੇ ਆ, ਵਾਹਿਗੁਰੂ ਦੀ ਤਾਂ ਆਵਾਜ਼ ਹੀ ਨਹੀਂ ਆਉਂਦੀ। ਪਰ ਹੁਣ ਜਿਵੇਂ ਉਹ ਵਾਹਿਗੁਰੂ ਦੀ ਜਗ੍ਹਾ ਗੁਰੂ ਗੁਰੂ ਦੀ ਆਵਾਜ਼ ਆਉਂਦੀ, ਰੂਹ ਰੂਹ ਦੀ ਆਵਾਜ਼ ਆਉਂਦੀ ਹੈ, ਜਾਂ ਹੁਰ ਹੁਰ ਦੀ ਆਵਾਜ਼ ਹੀ ਸੁਣਦੀ ਹੈ, ਕਈਆਂ ਨੂੰ ਤਾਂ ਹੁਰ ਹੁਰ ਕਰਦੇ ਵੀ ਨੇ ਵਾਹਿਗੁਰੂ ਦੀ ਜਗ੍ਹਾ, ਉਹ ਅੱਧੇ ਲਫ਼ਜ਼ ਅਸੀਂ ਖਾ ਜਾਂਦੇ ਹਾਂ। ਹੁਣ ਜਦੋਂ ਹੁੰਦਾ ਤਾਂ ਸਤਿ ਸ਼੍ਰੀ ਅਕਾਲ ਹੈ, ਕਈ ਪੱਤਰਕਾਰ ਘੋਟ ਕੇ ਬੋਲਦੇ ਨੇ, ਪਰ ਮੈਂ ਸਤਿ ਸ਼੍ਰੀ ਅਕਾਲ ਕਹਿਣਾ, ਸਤਿ ਸ਼੍ਰੀ ਅਕਾਲ, ਉਹ ਕਈ ਲਫ਼ਜ਼ ਅਸੀਂ ਬੋਲਣ ਲੱਗਿਆਂ ਖਾ ਜਾਂਦੇ ਹਾਂ। ਜਿਵੇਂ ਹੈ ਨੂੰ ਰੇਡੀਓ ਦੀ ਭਾਸ਼ਾ ਦੇ ਵਿੱਚ ਹੈ ਨਹੀਂ ਲਿਖਦੇ, ਨਾ ਬੋਲਿਆ ਜਾਂਦਾ, ਪਰ ਕਈ ਜ਼ੋਰ ਦੀ ਬੋਲਣਗੇ, ਹੈ ਹਨ, ਉਹ ਗਏ ਹਨ, ਆਏ ਹਨ, ਇਹ ਕੀਤਾ ਗਿਆ ਹੈ, ਉਹ ਹੈ ਜਾਂ ਹਨ। ਲਿਖਣ ਦੀ ਭਾਸ਼ਾ 'ਚ ਤਾਂ ਤੁਸੀਂ ਬੋਲ ਸਕਦੇ ਹੋ, ਪਰ ਜੇ ਤੁਸੀਂ ਬੋਲਦੇ ਹੋ ਹੈ ਹਨ ਸਨ, ਇਹ ਬੋਲਣ ਦੀ ਬ੍ਰੌਡਕਾਸਟਿੰਗ ਦੀ ਲੈਂਗੁਏਜ ਨਹੀਂ ਹੈ, ਰੇਡੀਓ ਦੀ ਜਾਂ ਟੈਲੀਵਿਜ਼ਨ ਦੀ ਲੈਂਗੁਏਜ ਨਹੀਂ ਹੈ। ਇਹਦੇ ਵਿੱਚ ਆਪਣੇ ਕਈ ਪੱਤਰਕਾਰ ਨੇ ਬੋਲਦੇ ਨੇ, ਹੁਣ ਆਪਣਾ ਮੇਰੇ ਨਾਂ ਨਾਲ ਭੁਲੇਖਾ ਪੈ ਜਾਂਦਾ, ਮੇਰੇ ਨਾਲ ਵੀ ਕਦੇ ਕਦੇ ਪ੍ਰੋਗਰਾਮ ਕਰਦੇ ਹੁੰਦੇ ਸੀ ਚੰਨ ਪਰਦੇਸੀ ਦੇ, ਸਵਰਨ ਟੈਣਾ ਜੀ, ਅਤੇ ਸਵਰਨ ਟੈਣਾ ਜੀ, ਮੈਂ ਹੁਣ ਤਾਂ ਮੈਨੂੰ ਯਾਦ ਨਹੀਂ, ਮੈਂ ਸੁਣਿਆ ਨਹੀਂ ਕਦੇ ਇੱਕ ਦੋ ਪ੍ਰੋਗਰਾਮ ਉਹਨਾਂ ਦੇ, ਪਰ ਜਦੋਂ ਉਹ ਮੇਰੇ ਨਾਲ ਪ੍ਰੋਗਰਾਮ ਕਰਦੇ ਸੀ ਉਦੋਂ ਵੀ ਉਹ ਹਨ ਕਹਿੰਦੇ ਹੁੰਦੇ ਸੀ, ਉਹ ਗਏ ਹਨ, ਸੁਖਬੀਰ ਬਾਦਲ ਆਏ ਹਨ, ਪ੍ਰਕਾਸ਼ ਸਿੰਘ ਬਾਦਲ ਉੱਥੇ ਗਏ ਸਨ, ਉਹ ਸਨ ਦੀ ਜਗ੍ਹਾ ਨਹੀਂ ਆ ਜਾਂਦਾ, ਗਏ ਸੀ, ਗਏ ਸਨ, ਐਸ ਸਾਈਲੈਂਟ ਹੋ ਜਾਂਦਾ ਬੋਲਣ 'ਚ। ਸੋ ਇਸ ਕਰਕੇ ਉਹ ਵਾਹਿਗੁਰੂ ਵੀ ਜਿਹੜਾ ਉਹ ਬੋਲਦੇ ਨੇ, ਉਹ ਲਿਖਣ 'ਚ ਤਾਂ ਵਾਹਿਗੁਰੂ ਪੂਰਾ ਹੈ, ਉਚਾਰਨ 'ਚ ਵੀ ਵਾਹਿਗੁਰੂ ਪੂਰਾ ਹੁੰਦਾ, ਪਰ ਉਹ ਜਿਸ ਤਰ੍ਹਾਂ ਅਸੀਂ ਛੇੜਛਾੜ ਤੋਂ ਗੁਰੇਜ਼ ਕਰਦੇ ਹਾਂ ਕਿ ਕੋਈ ਵੀ ਲਗਾ ਮਾਤਰਾ ਨਾਲ ਛੇੜਛਾੜ ਨਾ ਕੀਤੀ ਜਾਵੇ, ਅਤੇ ਉਸ ਕਰਕੇ ਪੂਰਾ ਸ਼ਬਦ ਜਦੋਂ ਬੋਲਿਆ ਜਾਂਦਾ ਜਾਂ ਸ਼ਬਦ ਦੇ ਵਿੱਚ ਵਾਹਿਗੁਰੂ ਰਹਾਉ ਦੇ ਤੌਰ 'ਤੇ ਰਹਾਉ ਲਿਖਿਆ ਹੋਇਆ ਜਾਂ ਉਹ ਠਹਿਰਾਓ ਦੇ ਤੌਰ 'ਤੇ ਉੱਥੇ ਵਾਹਿਗੁਰੂ ਪਾ ਦਿੱਤਾ ਜਾਂਦਾ ਹੈ, ਜੋ ਅਲਾਪ ਉਹ ਲਾਉਂਦੇ ਨੇ, ਅਤੇ ਉਸ ਗੱਲ ਨੂੰ ਲੈ ਕੇ ਅੱਜ ਕੱਲ੍ਹ ਉਜਰ ਵੀ ਹੋ ਰਿਹਾ। ਬਾਕੀ ਗੱਲ ਇਹ ਆ ਕਿ ਅੱਜ ਕੱਲ੍ਹ ਪੇਸ਼ੈਂਸ ਆਫ ਲੈਵਲ ਸਾਡਾ ਘੱਟ ਰਿਹਾ, ਸੋ ਜਿਸ ਮੁਤਾਬਕ ਧਰਮ ਦੀ ਧੀਰਜਤਾ ਦਾ ਅਗਰ ਅਸੀਂ ਓਟ ਆਸਰਾ ਲਈਏ ਤਾਂ ਉਹ ਮਾੜਾ ਨਹੀਂ ਹੈ। ਹਾਂ, ਉਹਦੇ 'ਚ ਜਨਤਕ ਤੌਰ 'ਤੇ, ਕਿਉਂਕਿ ਭੋਜਨ ਅਤੇ ਭਜਨ ਖਜ਼ਾਨਾ ਇਹ ਪਰਦੇਦਾਰੀ ਦੀਆਂ ਚੀਜ਼ਾਂ ਨੇ, ਇਹ ਪਰਦੇ 'ਚ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਚੰਗੀਆਂ ਲੱਗਣਾ। ਅੱਜ ਕੱਲ੍ਹ ਅਸੀਂ ਭੋਜਨ ਵੀ ਕਿਤੇ ਔਡਰ ਕਰਦੇ ਹਾਂ, ਬਹਿ ਕੇ ਫਿਰ ਅਸੀਂ ਨਾਲ ਦੀ ਨਾਲ ਸੈਲਫੀ ਪਾਉਂਦੇ ਹਾਂ, ਸੋ ਇਹ ਚੀਜ਼ਾਂ ਵਾਪਰ ਰਹੀਆਂ ਨੇ। ਸੋ ਦੋਸਤੋ, ਇਹ ਸੀ ਗੱਲਬਾਤ ਇਸ ਮੁਤਲਕ।